नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। फरीदकोट के पक्की रोड पर रंजिशन एक किसान ने सात लगते खेत में लगाई आग। बांस, जामुन, अमरूद और पॉपुलर के पौधे झुलसे। जीरा के अरोड़ा समाज की ओर से श्री काली माता मंदिर में श्रद्धा भाव से मनाया गया श्री अरूट जी महाराज का जन्म दिवस। श्री हनुमान चालीसा का पाठ कर काटा केक। जालंधर के फुटबॉल चौक के नजदीक जीएस होंडा डीलरशिप ने मनाया 21वां स्थापना दिवस, लगाया लंगर। और अब हलचल विस्तार से। फरीदकोट के पक्की रोड पर बलतेज फर्म्स के साथ वाले खेत के किसान प्रगट सिंह द्वारा गुरमीत सिंह बराड़ के खेत में बड़ी साजिश के तहत आग लगा दी गई। ये आग पुरानी रंजिश के चलते लगाई गई है, जिससे किसान गुरमीत सिंह के खेत में बांस, जामुन, अमरूद और 30 फीट ऊंचे लगे पॉपुलर के पौधे आग की तपिश से झुलस गए। इस मौके पर पीड़ित किसान गुरमीत सिंह और बड़ी संख्या में एकत्र हुए समाजसेवियों ने जिला पुलिस प्रशासन से किसान प्रगट सिंह के खिलाफ कानूनी कार्रवाई की मांग की है। फरीदकोट से हलचल के लिए गुरप्रीत सिंह की रिपोर्ट। जी, 22 तरीक शाम इस तो थोड़ा जा अद्धा घंटा बाद की गल है, शाम का समा से असं इतने खेत आए हैं तो असी देखा एकदम इतने अग लग गई पिछे ਤੁਹਾਡੇ ਪਿਛਲੇ ਪਾਸੇ ਤੇ ਅਸੀਂ ਦੇਖਿਆ ਬਹੁਤ ਆਵਾਜ਼ ਆਈ ਤੇ ਅਸੀਂ ਭੱਜੇ ਵੀ ਅੱਗ ਲੱਗ ਗਈ ਸਾਡੇ ਖੇਤ ਦੇ ਨਾਲ ਤੇ ਇਹ ਅੱਗ ਇੱਕ ਬੜੇ ਪਲੈਨਡ ਤਰੀਕੇ ਨਾਲ ਲਾਈ ਹੈ। ਜਦੋਂ ਅੱਗ ਲਾਏਗੀ ਉਦੋਂ ਇਹ ਅਸੀਂ ਦੱਖਣ ਵਾਲੇ ਪਾਸੇ ਹਾਂ, ਨਾਲ ਦਾ ਖੇਤ ਉੱਤਰ ਵਾਲੇ ਪਾਸੇ ਹੈ। ਇੱਧਰੋਂ ਬਹੁਤ ਤੇਜ਼ ਹਵਾ ਵਗ ਰਹੀ ਸੀ। ਇੱਥੇ ਪਹਿਲਾਂ ਕੋਈ ਆਹ ਕਣਕ ਦਾ ਨਾੜ ਵਗੈਰਾ ਸੁੱਟਿਆ ਗਿਆ, ਪਲੈਨ ਕੀਤਾ ਗਿਆ ਪੂਰਾ, ਸੁੱਟ ਕੇ ਉਹਨੂੰ ਅੱਗ ਲਾ ਕੇ ਇੰਨੀ ਤੇਜ਼ੀ ਨਾਲ ਅੱਗ ਲਾ ਗਈ। ਅਸੀਂ ਮੈਂ ਫਾਰਮ ਤੋਂ ਇੱਥੋਂ 2 ਕਿੱਲੇ ਦੂਰ ਆ ਜਿੱਥੇ ਅਸੀਂ ਬੈਠਦੇ ਹਾਂ, ਜਿੱਥੇ ਸਾਡਾ ਆਪਣਾ ਗੋਲਫ ਰੇਂਜ ਬਣੀ ਹੋਈ ਹੈ, ਉੱਥੋਂ 2 ਕਿੱਲੇ ਵਾਰਡ ਸਾਨੂੰ ਭੱਜਦਿਆਂ ਭੱਜਦਿਆਂ ਨੂੰ ਬੰਦਾ ਸਾਡੇ ਤੋਂ ਅੱਗੇ ਨਿਕਲ ਗਿਆ। ਔਰ ਜਦੋਂ ਅਸੀਂ ਦੇਖਿਆ ਥੋੜ੍ਹਾ ਪਿੱਛੇ ਆਏ ਤਾਂ ਇੱਥੇ 40-40 ਫੁੱਟ ਉੱਚੀਆਂ ਲਾਟਾਂ ਸੀ ਅੱਗ ਦੀਆਂ, ਤੁਸੀਂ ਦੇਖ ਲਓ 30-30 ਫੁੱਟ ਦੇ ਉੱਚੇ ਬੂਟੇ ਹੈ। ਇਹਦੇ ਉੱਪਰਲੇ ਪੱਤੇ ਵੀ ਸੜ ਗਏ, ਇਹਦੇ ਉੱਪਰਲੇ ਪੱਤੇ ਵੀ ਸੜ ਗਏ, ਇਹਦੇ ਪਰਲੇ ਪਾਸੇ ਬਾਂਸ ਵੀ ਸੜ ਗਿਆ, ਇੱਧਰ ਅਮਰੂਦ ਲੱਗਿਆ, ਅਮਰੂਦਾਂ ਦੇ ਵੀ ਅੱਧੇ ਪਚੱਧੇ ਅਮਰੂਦ ਵੀ ਸੜ ਗਏ। ਔਰ ਉਸ ਤੋਂ ਬਾਅਦ ਪਿੱਛੇ ਗੰਨਾ ਖੜਾ, ਆਹ ਗੰਨਾ 1.5 ਏਕੜ ਖੜਾ ਹੈ। ਉਹ ਬੰਦਾ ਇੱਧਰ ਨੂੰ ਆਇਆ, ਅਸੀਂ ਰੌਲਾ ਪਾਇਆ, ਅਸਲ ਪਲੈਨ ਗੰਨਾ ਸਾੜਨ ਦੀ ਸੀ ਅਤੇ ਇਹ ਬੰਦਾ ਫਿਰ ਪਿੱਛੇ ਮੁੜ ਗਿਆ। ਜਦੋਂ ਅਸੀਂ ਹੁਣ ਮੈਂ ਆਪਣੇ ਬੰਦੇ ਭੇਜੇ ਇੱਥੋਂ ਜਿਹੜੇ ਸਾਡੇ ਇੱਥੇ ਕੰਮ ਕਰਦੇ ਖੇਤ 'ਚ, ਉਹ ਇੱਥੇ ਸੱਦ ਕੇ ਲਿਆਏ ਬੰਦੇ ਨੂੰ, ਉਹ ਥੋੜ੍ਹਾ ਪਿੱਛੇ ਖੜਾ ਆਪਣੇ ਖੇਤ ਦੇ ਵਿੱਚ। ਮੈਂ ਪੁੱਛਿਆ ਤੂੰ ਕੌਣ ਹੈ ਅਤੇ ਕਿਹਦੇ ਕਹਿੰਦੇ ਅੱਗ ਲਾਈ ਆ, ਉਹ ਕਹਿੰਦਾ ਵੀ ਮੈਨੂੰ ਪ੍ਰਗਟ ਸਰਪੰਚ ਹੈ, ਹਾਲਾਂਕਿ ਸਰਪੰਚ ਹੈ ਨਹੀਂ ਪੱਖੀ ਦਾ, ਉਹ ਅੱਗੇ ਉਹਨੇ ਭੇਜਿਆ। ਇਹ ਬੰਦੇ ਦਾ ਐਕਚੁਅਲੀ ਇਹ ਬੰਦਾ ਸਾਡੀ ਜ਼ਮੀਨ ਕਿਸੇ ਵੇਲੇ ਠੇਕੇ 'ਤੇ ਵਾਹੀ ਸੀ ਅਤੇ ਬੇਈਮਾਨੀ ਨਾਲ ਲਾਰਾ ਲੱਪਾ ਲਾ ਕੇ ਝੋਨਾ ਵੱਢ ਕੇ ਲੈ ਗਿਆ। 2 ਲੱਖ ਰੁਪਏ ਠੇਕਾ ਲੈਣਾ ਸੀ, ਠੇਕਾ ਦਾ ਬਾਅਦ 'ਚ ਲਾਰਾ ਲੱਪਾ ਲਾਉਣ ਲੱਗ ਗਿਆ, ਫਿਰ ਆਮ ਆਦਮੀ ਪਾਰਟੀ 'ਚ ਹੋ ਗਿਆ, ਆਮ ਆਦਮੀ ਸਰਕਾਰ ਬਣ ਗਈ, ਮੈਂ ਵਾਰ ਵਾਰ MLA ਸਾਹਿਬ ਨੂੰ ਮਿਲਿਆ, ਫਿਰ ਅਸੀਂ ਬੰਦੇ ਨਾਲ ਲਿਜਾ ਕੇ, ਫਿਰ ਗੁਰਤੇਜ ਸਿੰਘ ਖੋਸਾ ਜਿਹੜੇ ਹੁਣ ਚੇਅਰਮੈਨ ਹੈ ਉਹਨਾਂ ਨੇ ਬੜੀ ਹਿੰਮਤ ਕੀਤੀ, ਮੈਂ ਉਹਨਾਂ ਦੀ ਇਸ ਗੱਲ ਨੂੰ ਤਾਰੀਫ ਕਰਦਾ ਕਿ ਉੱਥੇ ਚੇਅਰਮੈਨ ਦਾ PA ਨਾਲ ਬਿਠਾਇਆ, ਇੱਥੇ SDO ਸਾਹਿਬ ਖੜ੍ਹੇ ਹੈ ਮੇਰੇ ਨਾਲ, ਆ ਪਿੱਛੇ ਖੜ੍ਹੇ ਹੈ ਸਰਦਾਰ ਚਰਨਜੀਤ ਸਿੰਘ, ਇਹ ਆ ਗਏ ਉੱਧਰੋਂ, ਹਰਦੀਪ ਸਿੰਘ ਸੰਧੂ ਖੜ੍ਹੇ, ਇਹ ਆ ਗਏ ਵਿੱਚ, ਹੋਰ 2-3 ਮੁਹਤਵਾਰ ਬੰਦੇ ਬੈਠੇ। ਉਹ ਸਾਰਾ ਕੁਛ ਮੰਨ ਗਿਆ, ਕਹਿੰਦਾ ਜੀ ਮੈਂ ਠੇਕਾ ਇਹਨਾਂ ਦਾ ਕੱਲ੍ਹ ਪਰਸੋਂ ਹੀ ਦੇ ਦੂੰਗਾ। ਹੁਣ ਦੇਖੋ ਇਹ ਸਾਡੇ ਪੁੱਤਾਂ ਵਾਂਗੂ ਪਾਲੇ ਬੂਟੇ ਆ, ਮੈਨੂੰ 4 ਸਾਲ ਹੋ ਗਏ, ਮੇਰੀ 68 ਸਾਲ ਦੀ ਉਮਰ ਹੈ, ਮੈਂ ਐਡੀਸ਼ਨਲ MD ਰਿਟਾਇਰ ਹੋਇਆ ਸਟੇਟ ਕੋਆਪਰੇਟਿਵ ਬੈਂਕ 'ਚੋਂ, ਔਰ ਆਪ ਇੱਥੇ ਇਸ ਜਿਹਦੇ ਖੜ੍ਹੇ ਇੱਥੇ ਮੈਂ ਆਪ ਟਰੈਕਟਰ ਚਲਾਉਣਾ।
ਇਸ ਬਾਗ ਦੇ ਵਿੱਚ ਕਈ ਵਾਰੀ ਆਪ ਕਸੀਆ ਮਾਰਦਾ, ਮੈਂ ਕੋਲੇ ਖੜ ਕੇ ਪਾਣੀ ਲਾਉਣਾ, ਮੈਂ ਇੱਥੇ ਆ ਸਾਰਾ ਔਰਗੈਨਿਕ ਗਾਰਡਨ ਲਾਇਆ ਹੋਇਆ, ਔਰਗੈਨਿਕ ਗੰਨਾ ਬੀਜਿਆ, ਔਰਗੈਨਿਕ ਹਲਦੀ ਹੈ, 28 ਕਿਸਮ ਦੇ ਫਰੂਟ ਪਲਾਂਟ ਲਾਏ ਹੈ, ਆਹ ਸਾਰੇ 4 ਚਪੇਰੇ 1000 ਦੇ ਕਰੀਬ ਮੇਰੇ ਪਾਪੂਲਰ ਦਾ ਪਲਾਂਟ ਲੱਗਿਆ ਹੋਇਆ। ਅਸੀਂ ਕਾਰਵਾਈ ਚਾਹੁੰਦੇ ਜੋ ਕਾਨੂੰਨ ਅਨੁਸਾਰ ਬਣਦੀ ਇਸ ਬੰਦੇ ਦੀ ਕੀਤੀ ਜਾਵੇ। ਔਰ ਇੱਥੇ ਇਹ ਸਾਨੂੰ ਮੈਂ ਅੱਜ ਜਿਹੜੇ ਆ ਸਾਰੇ NGO ਖੜ੍ਹੇ ਹੈ ਔਰ ਅੱਜ ਪ੍ਰੈਸ ਕਾਨਫਰੰਸ ਇਸ ਕਰਕੇ ਰੱਖੀ ਹੈ ਕਿ ਇਸ ਬੰਦੇ ਦੇ ਕਾਨੂੰਨ ਅਨੁਸਾਰ ਕਾਰਵਾਈ ਹੋਵੇ। ਜੀਰਾ ਕੇ ਅਰੋੜਾ ਸਮਾਜ ਕੇ ਲੋਗੋ ਕੀ ਔਰ ਸੇ ਜੀਰਾ ਤਲਮੰਡੀ ਰੋਡ ਪਰ ਸਥਿਤ ਸ਼੍ਰੀ ਕਾਲੀ ਮਾਤਾ ਮੰਦਿਰ ਮੇ ਸ਼੍ਰੀ ਅਰੂਟ ਜੀ ਮਹਾਰਾਜ ਕਾ ਜਨਮ ਦਿਵਸ ਬੜੀ ਹੀ ਧੂਮਧਾਮ ਏਵਮ ਸ਼ਰਧਾ ਭਾਵ ਸੇ ਮਨਾਇਆ ਗਿਆ। ਇਸ ਮੌਕੇ ਪਰ ਸ਼੍ਰੀ ਹਨੂੰਮਾਨ ਚਾਲੀਸਾ ਕਾ ਪਾਠ ਕਰਨੇ ਕੇ ਬਾਅਦ ਕੇਕ ਵੀ ਕਾਟਾ ਗਿਆ। ਇਸ ਅਵਸਰ ਪਰ ਅਰੋੜਾ ਸਮਾਜ ਕੇ ਲੋਗੋ ਨੇ ਬਤਾਇਆ ਕਿ ਸ਼੍ਰੀ ਅਰੂਟ ਜੀ ਮਹਾਰਾਜ ਕਾ ਜਨਮ ਦਿਵਸ ਬੜੀ ਹੀ ਸ਼ਰਧਾ ਭਾਵ ਸੇ ਮਨਾਇਆ ਗਿਆ ਹੈ। ਉਹਨੇ ਕਿਹਾ ਕਿ ਸ਼੍ਰੀ ਅਰੂਟ ਜੀ ਮਹਾਰਾਜ ਦੁਆਰਾ ਦੀ ਗਈ ਸ਼ਿਕਸ਼ਾਓਂ ਪਰ ਚਲਤੇ ਹੋਏ ਅਰੋੜਾ ਬਿਰਾਦਰੀ ਕੀ ਔਰ ਸੇ ਯਹੀ ਕੋਸ਼ਿਸ਼ ਕੀ ਜਾਤੀ ਹੈ ਕਿ ਪ੍ਰਤੇਕ ਧਰਮ ਕੋ ਮਾਨਨੇ ਵਾਲੇ ਲੋਗੋ ਕੇ ਸਾਥ ਪ੍ਰੇਮ ਪਿਆਰ ਔਰ ਆਪਸੀ ਭਾਈਚਾਰੇ ਕੇ ਸਾਥ ਰਹਾ ਜਾਏ। ਉਹਨੇ ਕਿਹਾ ਕਿ ਇਸ ਦੌਰਾਨ ਭਵਯ ਭੰਡਾਰੇ ਕਾ ਆਯੋਜਨ ਵੀ ਕੀਆ ਗਿਆ। ਜੀਰਾ ਸੇ ਹਲਚਲ ਕੇ ਲੀਏ ਸਤੀਸ਼ ਵਿੱਚ ਕੀ ਰਿਪੋਰਟ। ਅਰੋੜਾ ਮਹਾਸਭਾ ਪੰਜਾਬ ਅੱਜ ਅਰੂੜ ਜੀ ਮਹਾਰਾਜ ਜੀ ਦੇ ਜਨਮ ਦਿਨ ਤੇ ਸਾਰੇ ਪੰਜਾਬ ਵਾਸੀਆਂ ਨੂੰ ਜੀਰਾ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਤੇ ਇਹ ਦੁਆ ਕਰਦਾ ਕਿ ਰਲ ਮਿਲ ਕੇ ਆਪਾਂ ਇਸ ਅਰੂੜ ਜੀ ਮਹਾਰਾਜ ਜੀ ਦੇ ਜਨਮ ਦਿਨ ਨੂੰ ਜਿਸ ਤਰ੍ਹਾਂ ਅਸੀਂ ਇੱਥੇ ਹਨੂੰਮਾਨ ਚਾਲੀਸਾ ਜੀ ਦਾ ਗੁਣਗਾਨ ਕਰਕੇ ਅਸੀਂ ਅੱਜ ਛੋਟੇ ਜਿਹੇ ਪੱਧਰ ਤੇ ਇਹ ਕੰਮ ਕੀਤਾ ਕਿਉਂਕਿ ਇਲੈਕਸ਼ਨ ਦੇ ਦਿਨ ਚੱਲ ਰਹੇ ਹਨ। ਸਾਡੀ ਇੱਕ ਸਭਾ ਜੋ ਹੈ ਅਰੋੜਾ ਮਹਾਸਭਾ, ਇਹ ਇੱਕ ਇੰਡੀਪੈਂਡੈਂਟ ਸਭਾ ਸਮਾਜਿਕ ਕੰਮਾਂ ਵਾਸਤੇ ਹੈ, ਕੋਈ ਵੀ ਬਰਾਦਰੀ ਵਾਸਤੇ ਵੀ ਅਸੀਂ ਕੰਮ ਕਰ ਸਕਦੇ ਹਾਂ। ਸਾਡਾ ਇੱਕ ਸੇਵਾ ਦਾ ਹੀ ਕੰਮ ਹੈ ਤੇ ਸੇਵਾ ਹੀ ਸਾਰੀ ਜ਼ਿੰਦਗੀ ਦਾ। ਸਾਨੂੰ ਅਰੂੜ ਜੀ ਮਹਾਰਾਜ ਇਹ ਬਖਸ਼ਿਸ਼ ਕਰਨ ਕਿ ਅਸੀਂ ਲੋਕਾਂ ਦੀ ਸੇਵਾ ਕਰਦੇ ਰਹੀਏ ਤੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਇਹਨਾਂ ਦੇ ਚਰਨਾਂ 'ਚ ਲੱਗੇ। ਅਸੀਂ ਇਹੋ ਕਾਮਨਾ ਕਰਦੇ ਪਰਮਾਤਮਾ ਅੱਗੋਂ ਵੀ ਦੇਸ਼ ਨੂੰ ਖੁਸ਼ਹਾਲ, ਏਕਤਾ ਬਣੀ ਰਵੇ ਔਰ ਸਾਡਾ ਜਿਹੜਾ ਹਿੰਦੂ ਭਾਈਚਾਰੇ ਦਾ ਕਾਇਮ ਰਵੇ ਹਿੰਦੂ ਭਾਈਚਾਰਾ, ਔਰ ਪਰਮਾਤਮਾ ਸਭ ਨੂੰ ਖੁਸ਼ਹਾਲ ਜ਼ਿੰਦਗੀ ਬਖਸ਼ੇ। ਜਲੰਧਰ ਕੇ ਫੁੱਟਬਾਲ ਚੌਂਕੇ ਨਜ਼ਦੀਕ GS ਹੁੰਡਾ ਕੀ ਡੀਲਰਸ਼ਿਪ ਨੇ ਆਪਣਾ 21ਵਾਂ ਸਥਾਪਨਾ ਦਿਵਸ ਮਨਾਇਆ। ਦੇਸ਼ ਕੀ ਅਗਰਣੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੋਂਡਾ ਕੀ ਇਸ ਪ੍ਰਤਿਸ਼ਠਿਤ ਡੀਲਰਸ਼ਿਪ ਨੇ 2003 ਮੇਂ ਆਟੋਮੋਬਾਈਲ ਕਾਰੋਬਾਰ ਮੇਂ ਕਦਮ ਰੱਖਾ ਥਾ। ਤਬ ਡੀਲਰਸ਼ਿਪ ਕੇ MD ਗੁਰਿੰਦਰਪਾਲ ਸਿੰਘ ਪਰੂਥੀ ਨੇ ਗ੍ਰਾਹਕੋਂ ਕੋ ਉਨਕੇ ਪਸੰਦੀਦਾ ਵਾਹਨ ਔਰ ਬਿਹਤਰੀਨ ਸੇਵਾਏ ਪ੍ਰਦਾਨ ਕਰਨੇ ਕਾ ਸੰਕਲਪ ਲਿਆ ਥਾ। ਉਨਕੇ ਅਥਕ ਪ੍ਰਯਾਸੋਂ ਕੇ ਚਲਤੇ GS ਹੋਂਡਾ ਆਜ ਗ੍ਰਾਹਕੋਂ ਕੇ ਅਟੂਟ ਵਿਸ਼ਵਾਸ ਕਾ ਪ੍ਰਤੀਕ ਬਣ ਚੁੱਕੀ ਹੈ। ਤੋ ਵਹੀਂ GS ਹੋਂਡਾ ਕੇ ਇਸ ਸਫ਼ਰ ਮੇਂ ਉਨਕੇ ਸਾਥ ਜੁੜੇ ਹੈ ਅਮਰਿੰਦਰ ਸਿੰਘ ਪਰੂਥੀ ਔਰ ਅਮਰਪ੍ਰੀਤ ਸਿੰਘ ਪਰੂਥੀ ਜੋ ਗ੍ਰਾਹਕੋਂ ਕੋ ਉਤਕ੍ਰਿਸ਼ਟ ਸੇਵਾਏ ਦੇਣੇ ਮੇਂ ਯੋਗਦਾਨ ਦੇ ਰਹੇ ਹੈ। ਇਸ ਦੌਰਾਨ GS ਹੋਂਡਾ ਕੇ ਪ੍ਰਬੰਧਕ ਔਰ ਸਮੂਹ ਸਟਾਫ ਨੇ ਗ੍ਰਾਹਕੋਂ ਕੇ ਸਾਥ ਮਿਲਕਰ ਹਰਸ਼ੋ ਉਲਾਸ ਕੇ ਸਾਥ ਡੀਲਰਸ਼ਿਪ ਕਾ ਸਥਾਪਨਾ ਦਿਵਸ ਮਨਾਇਆ। ਇਸ ਅਵਸਰ ਪਰ ਲੰਗਰ ਕਾ ਆਯੋਜਨ ਵੀ ਕੀਆ ਗਿਆ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਰਜਨੀਸ਼ ਸ਼ਰਮਾ ਕੀ ਰਿਪੋਰਟ। ਜਲੰਧਰ ਕੇ ਛੋਟੀ ਬਾਰਾਦਰੀ ਪਾਰਟ 1 ਮੇਂ ਵਰਿਸ਼ਠ ਭਾਜਪਾ ਨੇਤਰੀ ਰਾਨੀ ਸਰੀਨ ਕੀ ਅਧਿਅਕਸ਼ਤਾ ਮੇਂ ਜਲੰਧਰ ਲੋਕ ਸਭਾ ਸੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਕੇ ਹੱਕ ਮੇਂ ਇੱਕ ਵਿਸ਼ਾਲ ਮੀਟਿੰਗ ਕੀ ਗਈ। ਇਹ ਮੀਟਿੰਗ ਨੇਹਾ ਮਹਿਤਾ ਕੇ ਨਿਵਾਸ ਸਥਾਨ ਪਰ ਕੀ ਗਈ, ਜਿਸ ਮੇਂ ਲੋਗੋ ਕੋ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਕੋ ਭਾਰੀ ਬਹੁਮਤ ਸੇ ਜਿਤਾਨੇ ਕੀ ਅਪੀਲ ਕੀ ਗਈ। ਇਸ ਦੌਰਾਨ ਵਰਿਸ਼ਠ ਭਾਜਪਾ ਨੇਤਰੀ ਰਾਨੀ ਸਰੀਨ ਕੋ ਵਿਸ਼ੇਸ਼ ਰੂਪ ਸੇ
कार्यकर्ताओं की ओर से सम्मानित भी किया गया। इस मौके पर रमेश शर्मा, शैली खन्ना, नरेंद्र कौर, गुरजीत राय, विक्कू कटोच, अनु शर्मा, सुशील, सुनीता महाजन, मालती भूटानी, नेहा मेहता, किरण गुलाटी, सुजैन वर्मा, सुनैना बहल, अनुभा अग्रवाल, दीवा जेतनी, मेघा शर्मा, सुनंदा मेहरा, निर्मल सहगल सहित बड़ी संख्या में लोग मौजूद रहे। जालंधर से हलचल के लिए कैमरामैन सुदेश भगत की रिपोर्ट। मैं गुरिंदर पाल सिंह पूथी, जीएस होंडा फुटबॉल चौक जालंधर तो, दैनिक सवेरा के सारे जो दर्शक ने उन्होंने बहुत बहुत धन्यवाद करता हाँ। सानू अज साड़ी 21वीं वरेगंढ के मौके दे सारे ही साढ़े जो चाहन वाले है उन्होंने सानू बहुत बहुत मुबारक भेजिया। मैं सारिया का बहुत बहुत धन्यवाद दिलों धन्यवाद करता हाँ। साडा ऑटोमोबाइल के जोड़ा सफ़र है 21 साल पहला असी अपना यह सफ़र शुरू किया। जो असी शुरू किया तो साढ़े वास्ते ये कारोबार बिल्कुल नवा सी, ऑटोमोबाइल की सानू कोई जानकारी नहीं सी, पर असी अपने दिल दे विच एक कस्टमर की सेवा करन दा, कस्टमर नू अच्छी सर्विस प्रोवाइड करन दे निश्चय नाल इस बिजनेस दे विच एंटर किए सी। और सानू अज बहुत ज़्यादा मन नू संतुष्टि है कि असी इस सफ़र दे विच कस्टमरां नू अच्छी सर्विस देन दे विच कामयाब रहे हाँ अते उन्हां दा प्यार सानू निरंतर मिलिया। असी एक छोटे जे डीलर तो अज पंजाब दे सब नालों वध स्कूटर ते मोटरसाइकिल वेचण वाले डीलरां दे विच साडा नाम शुमार है। असी सारे ही अपने कस्टमर दा दिलों धन्नवाद करते हाँ जिन्हां ने सानू भरपूर प्यार बख्शिया है ते अपने फैमिलीज वास्ते, अपने वास्ते, अपने दोस्तों मित्रों वास्ते साडे कोल रिपीट सेल्स वास्ते बार बार साडे कोल खरीददारी करन आउंदे हन। असी हुण वी साडे मन दे विच इही है कि असी उन्हां नू लगातार अपनी सर्विसिज नू होर बेहतर करके उन्हां नू अच्छी तो अच्छी सर्विस प्रोवाइड करिए ता जो साढ़े जिहड़े कस्टमरस है उन्हां दा विश्वास जो साढ़े ते बनिया है वो निरंतर बनिया रहे अते असी उन्हां दीआं आसां ते पूरे उतरदे रहिए। शिव शक्ति माँ बंगला मुखी मंदिर दिलबाग नगर एक्सटेंशन ग्रोवर कॉलोनी जालंधर में माँ बंगला मुखी जी के निमित्त साप्ताहिक हवन यज्ञ किया गया। इस मौके पर सर्वप्रथम सुबह माँ बंगला मुखी जी के हवन यज्ञ का आयोजन किया गया, जिसमें मंदिर के संचालक हैप्पी बाबा ने आई हुई यजमानों से विधिवत मंत्रोच्चारण कर हवन यज्ञ में आहुतियाँ डाल यज्ञ को सम्पन्न करवाया। इस मौके पर मंदिर प्रबंधक कमेटी के प्रधान प्रवीण कतियाल सोनू, हैप्पी बाबा आचार्य श्री विजय शास्त्री, विकी विज, बाबा अंगुराल, अमित गुजराल, अजय नारंग, राहुल चड्डा, जीएस नंदा, मनोज चड्डा, दीपांशु, रॉकी खुराना, वंदना शर्मा, निधि शर्मा, राधिका महाजन, सिमरन चड्डा, एडवोकेट सिमरन भल्ला सहित असंख्य भक्तजन मौजूद रहे। अंत में विशाल भंडारे का आयोजन भी किया गया। जालंधर से हलचल के लिए कैमरामैन जगमोहन की रिपोर्ट। स्वाहा।
अखिल भारतीय दुर्गा सेना संगठन की ओर से साप्ताहिक माँ बंगलामुखी हवन यज्ञ का आयोजन प्राचीन शिव मंदिर दमोरिया पुल में श्री श्री 108 महाराज स्वामी सिकंदर जी की अध्यक्षता में किया गया, जिसमें आचार्य पंडित चक्रदेव जोशी ने वैदिक मंत्रों का उच्चारण कर सभी देवी देवताओं का आवाहन कर अग्नि प्रज्वलित कर हवन का शुभारम्भ किया। माँ बंगलामुखी हवन यज्ञ में मुख्य यजमानों के रूप में उपस्थित हुए भक्तों ने हवन में आहुतियां देकर पूज्य स्वामी जी का आशीर्वाद दिया। इस अवसर पर गुरु माता नीरज रतन सिकंदर जी, देवेश राम सिकंदर, अश्विनी कुमार यादव, अमित गुप्ता, कमल मल्होत्रा, आयुष यादव, अंकुर मल्होत्रा, डॉक्टर मुकेश अरोड़ा, डॉक्टर मुकेश यादव, उषा देवी, मीना शर्मा, ललिता, नीलम रानी सहित असंख्य भक्तजन मौजूद रहे। जालंधर से हलचल के लिए कैमरामैन सुदेश भगत के साथ संदीप शर्मा की रिपोर्ट। हरिम ओम स्वाहा, ओम हरिम बगलामुखी सर्व दुष्टानम वाचम मुखम परम संबे जीवा गिले गिले बुद्धि विनाशे। हरिम ओम स्वाहा, ओम हरिम बगलामुखी सर्व दुष्टानम वाचम मुखम परम संबे जीवा गिले गिले बुद्धि विनाशे। हरिम ओम स्वाहा, ओम हरिम बगलामुखी सर्व दुष्टानम वाचम मुखम पदम संबे जीवा किल किल बुद्धि विनाशे। हरिम ओम स्वाहा, ओम हरिम बगलामुखी सर्व दुष्टानम वाचम मुखम पदम संबे जीवा किल किल बुद्धि विनाशे। बगलामुखी सर्व दुष्टानम वाचम मुखम पदम संबे जीवा किल किल बुद्धि। हरिम ओम स्वाहा, ओम हरिम बगलामुखी सर्व दुष्टानम वाचम मुखम पदम संबे जीवा किल किल बुद्धि विनाशे। हरिम ओम स्वाहा। रणधीर सिंह, जिनका गत दिवस आकस्मिक निधन हो गया है, उनका अंतिम संस्कार जालंधर के हरनामदासपुरा स्थित शमशान घाट में किया गया। इस दौरान स्वर्गीय रणधीर सिंह को मुखाग्नि उनके बड़े बेटे मनमोहन सिंह ने दी। इस मौके पर पूर्व विधायक रजिंदर बेरी, गुरजीत सिंह राणा, मनराज सिंह, अमरिंद्र सिंह, हरप्रताप सिंह, मनजिंदर सिंह जोहल, बब्बू नीलकंठ पार्षद, गुरविंदर सिंह बंटी, अमित बंटू, कमलजीत कौर मुल्तानी, जतेंद्र सिंह मार्शल, विक्रमजीत सिंह, जतेंद्र सिंह सागर सपरा, अमन अटवाल, आकाश, पंकज चड्डा सहित पारिवारिक सदस्यों में बेटा करणजीत सिंह, गुरशरण सिंह सहित राजनीतिक, धार्मिक तथा सामाजिक वर्ग से जुड़े लोगों ने पहुंचकर स्वर्गीय रणधीर सिंह को नम आंखों से अंतिम विदाई दी।
शहर में होने वाले धार्मिक सामाजिक व जरूरतमंद कार्यों में हमेशा से अग्रसर रहने वाले सोनू शर्मा, मोनू शर्मा, विशाल शर्मा व वैभव शर्मा विभू की माता रीटा शर्मा का आकस्मिक निधन हो गया है, जिनका अंतिम संस्कार जालंधर के किशनपुरा स्थित शमशान घाट में किया गया। इस दौरान स्वर्गीय रीटा शर्मा को मुखाग्नि उनके बेटे वैभव शर्मा विभू ने दी। इस मौके पर पूर्व विधायक रजिंदर बेरी, श्री देवी तालाब मंदिर प्रबंधक कमेटी के महासचिव राजेश विज, भाजपा देहात प्रधान अमरजीत सिंह अमरी, पूर्व पार्षद रीटा शर्मा, कांग्रेसी नेता सुभाष शर्मा, अपाहिज आश्रम के चेयरमैन तरसीम कपूर, अजय चोपड़ा, रमित दत्ता, विकास तलवाड़, यादव खोसला, सुनील अरोड़ा, महंत अशोक शर्मा, रमन शर्मा, अश्विनी शर्मा, देवेंद्र साहनी, पीयूष साहनी, सुरेंद्र तिवारी, सुनील मल्होत्रा, अश्विनी कुमार यादव, अमित गुप्ता, यशिक कालिया, राजू शर्मा सहित धार्मिक, सामाजिक व राजनीतिक वर्ग से जुड़े लोगों ने पहुंचकर स्वर्गीय रीटा शर्मा को नम आंखों से अंतिम विदाई दी। और अब अंत में हलचल की गतिविधियों पर एक नजर फिर से। फरीदकोट के पक्की रोड पर रंजिशन एक किसान ने सात लगते खेत में लगाई आग, बांस, जामुन, अमरूद और पॉपुलर के पौधे झुलसे। जीरा के अरोड़ा समाज की ओर से श्री काली माता मंदिर में श्रद्धा भाव से मनाया गया श्री अरूट जी महाराज का जन्म दिवस। श्री हनुमान चालीसा का पाठ कर काटा केक। जालंधर के फुटबॉल चौक के नजदीक जीएस होंडा डीलरशिप ने मनाया 21वां स्थापना दिवस, लगाया लंगर। इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल।